ਕਾਰ ਨਾਲ ਹੋਇਆ ਜੀ ਜੀ ਅੱਜ ਤੋਂ 10 ਸਾਲ ਪਹਿਲਾਂ ਜਿਹੜੇ ਕਲਾਕਾਰਾਂ ਦੇ ਕੰਮ ਹੋਏ ਸੀ ਉਹ ਅਸ਼ਲੀਲਤਾ ਕਰਕੇ ਹੋਏ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਬੈਸਟ ਚੈਨਲ ਤੇ ਦੋਸਤੋ ਸਿੱਧੂ ਮੂਸੇ ਵਾਲੇ ਨੇ ਅੱਜ ਆਪਣੀ ਲੇਟੈਸਟ ਇੰਟਰਵਿਊ ਵਿੱਚ ਬੱਪੂ ਮਾਨ ਨੂੰ ਇੱਕ ਨਵਾਂ ਰਿਪਲਾਈ ਕੀਤਾ ਹੈ ਹਾਂਜੀ ਦੋਸਤੋ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹ ਵੀਡੀਓ ਤੁਸੀਂ ਵੇਖੋ ਵੀਡੀਓ ਇੰਡਸਟਰੀ ਦੀ ਹੋਰ ਅਪਡੇਟ ਵਾਸਤੇ ਇਸ ਚੈਨਲ ਨੂੰ ਫਾਲੋ ਸਬਸਕ੍ਰਾਈਬ ਕਾਰ ਨਾਲ ਹੋਇਆ ਜੀ ਜੀ ਅੱਜ ਤੋਂ 10 ਸਾਲ ਪਹਿਲਾਂ ਜਿਹੜੇ ਕਲਾਕਾਰਾਂ ਦੇ ਪਰਚੇ ਹੋਏ ਸੀ ਉਹ ਅਸ਼ਲੀਲਤਾ ਕਰਕੇ ਹੋਏ ਸੀ ਵੀ ਜੀ ਇਹ ਕੁੜੀ ਦੇ ਲੱਕ ਮਿਣਦਾ ਇਹ ਕੁੜੀ ਦੀ ਅੱਖ ਮੇਰੇ ਤੇ ਉਹ ਜਿਹਾ ਤਾਂ ਨਹੀਂ ਹੋਇਆ ਚਲੋ ਹਾਂ ਮੇਰੇ ਤੇ ਕੀਤੇ ਨੇ ਵੀ ਹਥਿਆਰਾਂ ਵਾਲੇ ਕੀਤੇ ਨੇ ਜੀ ਸਭ ਠੀਕ ਹੈ ਜੀ ਹਥਿਆਰਾਂ ਦਾ ਵੀ ਹੁਣ ਇਹ ਆਪੋ ਆਪਣੇ ਉਹੀ ਗੱਲ ਆ ਗਈ ਵੀਰ ਜੀ ਓਪੀਨੀਅਨ ਤੇ ਹੈ ਹੁਣ ਮੇਰਾ ਓਪੀਨੀਅਨ ਇਹ ਹੈ ਵੀ ਜੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਾਡਾ ਕਲਚਰ ਗੰਨ ਦੇ ਅਰਾਊਂਡ ਘੁੰਮਦਾ ਜੀ ਸ਼੍ਰੀ ਸਾਹਿਬ ਜੀ ਦੇ ਅਰਾਊਂਡ ਘੁੰਮਦਾ ਜਦੋਂ ਕੋਈ ਤੁਸੀਂ ਮੈਨੂੰ ਇਹ ਦੱਸੋ ਹੁਣ ਮੈਂ ਇੱਕ ਛੋਟਾ ਜਿਹਾ ਕੁਐਸਚਨ ਤੁਹਾਡੇ ਸਾਹਮਣੇ ਕਰਨ ਲੱਗਿਆ ਸਾਰੇ ਜਿੰਨੇ ਮੇਰੇ ਵੀਰ ਭਰਾ ਦੇਖਦੇ ਜ਼ਰੂਰ ਜ਼ਰੂਰ ਜੀ ਵੀ ਜਦੋਂ ਕੋਈ ਆਪਣੇ ਦੇਸ਼ ਦੇ ਵਿੱਚ ਆਪਣੀ ਸਟੇਟ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਕੋਈ ਪ੍ਰਧਾਨ ਮੰਤਰੀ ਆਉਂਦਾ ਕੋਈ ਬਾਹਰਲਾ ਗਵਰਨਰ ਆਉਂਦਾ ਕੋਈ MP ਆਉਂਦਾ ਕੋਈ ਬਾਹਰਲੀ ਸਟੇਟ ਆਉਂਦਾ ਆਪਾਂ ਨੂੰ ਸ਼੍ਰੀ ਸਾਹਿਬ ਦਾ ਕਿਉਂ ਗਿਫਟ ਕਰਦੇ ਹਾਂ ਕਿ ਸ਼੍ਰੀ ਸਾਹਿਬ ਕੋਈ ਹਥਿਆਰ ਨਹੀਂ ਹੈਗਾ ਵੀ ਉੱਥੇ ਸ਼੍ਰੀ ਸਾਹਿਬ ਸਹੀ ਹੋ ਗਈ ਜੇ ਕਿਸੇ ਨੇ ਚੱਕ ਲਈ ਤਾਂ ਉਹ ਗਲਤ ਹੋ ਗਈ ਵੀ ਇਹ ਯਾਰ ਠੀਕ ਹੈ ਗੁਰੂਆਂ ਨੇ ਤਾਂ ਸਾਨੂੰ ਵੈਸੇ ਵੀ ਕਿਹਾ ਤੁਸੀਂ ਸ਼ਸਤਰਧਾਰੀ ਰਹਿਣਾ ਜਿਹਦੇ ਹੱਥ 'ਚ ਸ਼੍ਰੀ ਸਾਹਿਬ ਹੈਗੀ ਹੈ ਜਿਹਦੇ ਹੱਥ ਦੇ ਵਿੱਚ ਪਿਸਟਲ ਹੈਗਾ ਉਹਦੇ ਦਿਮਾਗ 'ਤੇ ਡਿਪੈਂਡ ਕਰਦਾ ਬਾਈ